ਢੇਰੀ ਕਰਨ ਵਾਸਤੇ ਭਾਰੀ ਫੌਜ ਲੈ ਕੇ ਚੜਿਆ। ਰਸਤੇ ਵਿੱਚ ਸਡੌਰੇ ਪੁੱਜ ਕੇ ਭੈਣ ਨਸੀਰਾ ਅਤੇ ਪੀਰ ਬੁੱਧੂ ਸ਼ਾਹ ਨੂੰ ਮਿਲਿਆ। ਅੱਗੋਂ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨ ਤੋਂ ਰੋਕਣ ਦਾ ਯਤਨ ਕੀਤਾ। ਐ ਪਰ ਸੈਦ ਖਾਨ ਭੈਣ ਤੇ ਬਹਿਨੋਈ ਦੀ ਗੱਲ ਨੂੰ ਠੁਕਰਾਉਂਦਾ ਹੋਇਆ ਆਨੰਦਪੁਰ ਦੇ ਮੈਦਾਨ ਵਿੱਚ ਆ ਗੱਜਿਆ। ਅੱਗੋਂ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਸਿੰਘ ਵੀ ਹਿੱਕਾਂ ਤਾਣ ਕੇ ਮੈਦਾਨੇ ਜੰਗ ਵਿੱਚ ਆ ਡਟੇ। ਦੋਹਾਂ ਦਲਾਂ ਦੇ ਮੁਕਾਬਲੇ ਦਾ ਦ੍ਰਿਸ਼ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਜੀ ਨੇ ਢਾਡੀ ਛੰਦ ਵਿੱਚ ਇਉਂ ਖਿੱਚਿਆ ਹੈ। Thank you.